ਵੈਸੇ ਤਾਂ ਮੈਂ ਕਹਿੰਦਾ ਯੂਟਿਊਬ ਚੈਨਲ ਕਰਦੇ ਨਵੀਂ ਵੀਡੀਓ ਸਾਰੇ ਜਾਣੇ ਜੀ, ਪਾਪਾ ਬੜੇ ਹੈ ਮਾਰਕੀਟ 'ਚ, ਮੈਂ ਦੇਖਦਾ ਮਾਰਕੀਟ 'ਚ ਜੀ। ਸਸੀਆ ਬਾਈ ਜੀ, ਸਸੀਆ ਜੀ, ਕੀ ਹਾਲ ਜੀ? ਵਧੀਆ ਵਧੀਆ ਜੀ, ਤੁਹਾਡਾ ਕੀ ਹਾਲ ਹੈ ਬਾਈ? ਬਹੁਤ ਵਧੀਆ, ਸ਼ੁਕਰ ਹੈ ਮਾਲਕ ਦਾ। ਕੀ ਨਾਮ ਬਾਈ ਆਪਣਾ? ਜੀ ਆਪਣਾ ਨਾਮ ਅਮਰਜੀਤ ਸਿੰਘ ਹੈ। ਕਿੱਚੀ ਦਾ ਬਾਈ ਕੰਮ ਹੈ ਆਪਣਾ? ਜੀ ਆਪਣਾ ਪਾਪੜ ਵੜੀਆਂ ਦਾ। ਪਾਪੜ ਵੜੀਆਂ ਚਾਰ ਮੁਰੱਬਾ, ਆਧਾਰ ਮੁਰੱਬਾ, ਪਾਪੜ ਵੜੀਆਂ, ਸਨੈਕਸ ਮਿਲ ਜਾਏਗਾ। ਐਡਰੈਸ ਕੀ ਹੈ ਬਾਈ ਆਪਣਾ? ਮਸਾਲੇ ਮਿਲ ਜਾਣਗੇ ਆਪਣੇ ਕੋਲ। ਐਡਰੈਸ ਹੈਗਾ ਦਰਵਾਸਾ ਦੇ ਕੋਲ ਦੁਕਾਨ ਕਟਰ ਆਲੂ ਵਾਲੀ ਹੈ, ਬਾਜ਼ਾਰ ਕਿੱਡਾ ਘਰ। ਬਾਈ ਆਪਣਾ ਹੋਲਸੇਲ ਦਾ ਕੰਮ ਹੈ ਰਿਟੇਲ ਦਾ? ਦੋਨੋਂ ਕਰੀ ਦੇ ਜੀ ਆਪਾਂ। ਹੋਲਸੇਲ ਰਿਟੇਲ ਦੋਵਾਂ ਦਾ ਕੰਮ ਹੈ? ਦੋਨੋਂ ਜੀ, ਦੋਨੋਂ ਕਰੀ। ਬਾਈ ਫੋਨ ਨੰਬਰ ਕੀ ਆਪਣਾ? 8319004224। ਕਿੰਨੇ ਸਟਾਰਟ ਹੋਈ ਨਹੀਂ ਬਾ ਪਾਪੜ ਬਣੀ ਵਰਾਇਟੀ ਆਪਣੇ ਕੋਲ? ਪਾਪਾ ਬੜੀਆਂ ਸਾਡੇ ਕੋਲ 190 ਰੁਪਏ ਤੋਂ ਚਾਲੂ, 70 ਕਿਲੋ ਰੇਟ ਆਪਾਂ ਜੀ। ਹਾਫ ਕੇ ਜੀ, ਹਾਫ ਕੇ ਜੀ ਦਿਖਾਉਣਾ ਬਾਈ। ਸਪੈਸ਼ਲ ਅੰਮ੍ਰਿਤਸਰ ਦੇ ਪਾਪੜ ਜਿਹੜੇ ਗਏ ਬਾਈ। ਕਾਲੀ ਮਿਰਚ ਵਾਲੇ ਪਾਪੜ, ਇਹਨਾਂ ਦਾ ਕੀ ਪ੍ਰਾਈਸ ਹੋਏਗਾ ਬਾਈ? 190 ਰੁਪਏ ਦੇ 10 ਕਿਲੋ। ਹਾਂ ਓਕੇ ਜੀ, ਬਿਲਕੁਲ। ਲਸਣ ਵਾਲੇ ਪਾਪੜ, ਇਹ ਲਸਣ ਹੈ ਪਾਪੜ ਬਾਈ? ਬਿਲਕੁਲ, ਇਹਨਾਂ 'ਚ ਕਾਲੀ ਮਿਰਚ ਨਹੀਂ ਆਉਂਦੀ ਲਸਣ ਵਾਲੇ ਵਿੱਚ। ਕਾਲੀ ਮਿਰਚ ਨਹੀਂ ਆਊਗੀ ਇਹਨਾਂ 'ਚ? ਲਸਣ ਵਾਲੇ 'ਚ ਕਾਲੀ ਮਿਰਚ ਨਹੀਂ ਆਏਗੀ, ਕਾਲੀ ਮਿਰਚ ਵਿੱਚ ਲਸਣ ਨਹੀਂ ਆਇਆ। ਹਾਂਜੀ, ਹੋਰ ਕਿਹੜੇ ਕਿਹੜੇ ਆਣਗੇ ਭਾਅ ਜੀ ਇਹਨਾਂ ਪਾਪੜ? ਫਿਰ ਆਉਂਦੇ ਵਿੱਚ ਜੀਰੇ ਵਾਲੇ, ਜੀਰੇ ਵਾਲੇ ਜੀ। ਇਹਨਾਂ ਦਾ ਕੀ ਪ੍ਰਾਈਸ ਹੋਏਗਾ ਜੀ? ਸੇਮ ਰੇਟ ਆਉਂਦੇ ਵਿੱਚ 190 ਰੁਪਏ ਦਾ ਕਿਲੋ। 190 ਰੁਪਏ ਦੇ ਇਹ ਸਾਰੇ ਪਾਪੜ, ਪਿਓਰ ਦਾਲ ਦੇ ਪਾਪੜ ਆਉਂਦੇ? ਪਿਓਰ ਦਾਲ ਦੇ, ਪਿਓਰ ਦਾਲ ਦੇ ਸਾਰੇ ਰੇਟ ਨੇ। ਹਾਂਜੀ ਹਾਂਜੀ, ਡੁਪਲੀਕੇਟ ਵਾਲਾ ਕੰਮ ਸਾਡੇ ਕੋਲ ਨਹੀਂ ਹੁੰਦਾ। ਸਾਡੇ ਕੋਈ ਕ੍ਰੇਟ ਹੁੰਦਾ, ਜੇ ਬੱਚਾ ਵੀ ਆ ਜਾਵੇ ਕੋਈ ਆ ਜਾਵੇ, ਕ੍ਰੇਟ ਹੁੰਦਾ। ਜੇ ਬਾਈ ਕੋਈ ਕੋੜੀਆਂ ਕਰਾਉਣਾ ਚਾਹੇ ਕੋੜੀਆਂ ਵੀ ਕਰ ਦਿੰਦੇ ਹੋ? ਕੋੜੀਆਂ ਵੀ ਹੁੰਦਾ ਵੀਰ ਜੀ, ਕੋੜੀ ਫੈਸਿਲਿਟੀ ਅਵੇਲੇਬਲ ਹੁੰਦੀ ਹੈ। ਦੇਖੋ ਸਾਡੇ ਕਾਰਡ 'ਤੇ ਲਿਖਿਆ ਹੁੰਦਾ ਕੋੜੀਆਂ ਫੈਸਿਲਿਟੀ ਅਵੇਲੇਬਲ ਹੈ। ਬਾਈ ਪਾਪੜਾਂ ਹੀ ਹੋਰ ਕਿਹੜੀ ਵਰਾਇਟੀ ਆ ਜੂਗੀ? ਹੋਰ ਵੀਰ ਜੀ ਫਿਰ ਮਿਲ ਜਾਂਦੇ ਨੇ ਤੁਹਾਨੂੰ, ਅਨਾਰਦਾਨੇ ਵਾਲੇ ਪਾਪੜ ਮਿਲ ਜਾਂਦੇ ਨੇ? ਅਨਾਰਦਾਨੇ ਵਾਲੇ ਪਾਪੜ ਆ ਜਾਂਦੇ ਨੇ ਬਾਈ, ਆਰਡਰ ਤਿਆਰ ਕਰ ਦਿੰਦੇ ਹੋ ਜਾਂਦੇ ਨੇ? ਆਰਡਰ ਤਿਆਰ ਹੁੰਦੇ ਜੀ। ਅਤੇ ਅੰਮ੍ਰਿਤਸਰ ਦੀ ਬਾਈ ਇਹ ਸਪੈਸ਼ਲ ਵੜੀਆਂ ਆਉਂਦੀਆਂ ਨੇ, ਮਿਲਣਗੀਆਂ ਜੀ। ਦਿਖਾਉਣਾ ਬਾਈ ਇਹ ਮਖਣੀ, ਪਿਓਰ ਦਾਲ ਦੀ ਮਰੀ, ਕਾਲੀ ਮਿਰਚ ਵਾਲੀ, ਮਸਾਲੇ ਵਾਲੀ। ਕਾਲੀ ਮਿਰਚ ਮਸਾਲੇ ਵਿੱਚ ਤੇਰਾ ਕੀ ਪ੍ਰਾਈਸ ਹੋਏਗਾ ਬਾਈ? ਜੀ ਇਹ 200 ਰੁਪਏ ਅੱਧਾ ਕਿਲੋ ਆਏਗੀ ਜੀ। ਫਿਰ ਆਏਗੀ ਲਸਣ ਵਾਲੀ ਵੜੀ, ਲਸਣ ਵਾਲੀ ਵੜੀ ਜੀ। ਬੜੀ 'ਚ ਲਸਣ ਆਏਗਾ, ਸਵਾਦ ਆਏਗਾ, ਖਾਣ ਦਾ ਟੇਸਟ ਆਏਗਾ ਪੂਰਾ। ਤੇਰਾ ਕੀ ਪ੍ਰਾਈਸ ਹੋਏਗਾ ਜੀ? 220 ਰੁਪਏ ਅੱਧਾ ਕਿਲੋ ਆਏਗੀ ਜੀ। ਬਾਈ ਇੱਕ ਐਡਰੈਸ ਬੋਲ ਦਿਉ, ਫੋਨ ਨੰਬਰ ਬੋਲ ਦਿਉ, ਦੁਕਾਨ ਦਾ ਨਾਮ ਦੱਸ ਦਿਉ ਬਾਈ। ਜੀ ਆਪਣੀ ਦੁਕਾਨ ਦਾ ਨਾਂ ਹੈ ਅਮਰਜੀਤ ਸਿੰਘ ਦਾ ਨਾਮ 'ਤੇ ਆਏਗੀ, ਅਮਰਜੀਤ ਸਿੰਘ ਭਾਟੀਆ ਦੇ ਨਾਮ 'ਤੇ ਦੁਕਾਨ ਆਏਗੀ। ਇੱਕ ਟਰਾਲੂ ਵਾਲੀ ਆ ਬਾਜ਼ਾਰ ਕੈਂਟਾ ਘਰ ਦਰਬਾਰ ਦੇ ਕੋਲ ਆ ਜਾਏਗੀ। ਫੋਨ ਨੰਬਰ ਬਾਈ 8319004224 ਆਪਣਾ ਫੋਨ ਨੰਬਰ ਜੀ। ਅਤੇ ਵੜੀਆਂ ਬਾਈ ਦਿਖਾਉਣਾ, ਹੋਰ ਕਿਹੜੀ ਵਰਾਇਟੀ ਆਊਗੀ? ਹੈਲੋ ਜੀ, ਪਿਓਰ ਮੂੰਗੀ ਦਾਲ ਦੀ ਬੜੀ, ਬਿਲਕੁਲ ਜੀ ਬਿਲਕੁਲ। ਕਾਲੀ ਮਿਰਚ ਹੋਏਗੀ ਹਰ ਦਾਣਿਆਂ 'ਤੇ, ਕਾਲੀ ਮਿਰਚ ਹੋਏਗੀ, ਟੁਕਲੀ ਕੜਾ ਕੰਮ ਨਹੀਂ ਹੋਏਗਾ। ਜ਼ਿਆਦਾ ਕੀ ਪ੍ਰਾਈਸ ਹੋਊਗਾ ਬਾਈ? 220 ਰੁਪਏ ਅੱਧਾ ਕਿਲੋ ਆਉਂਦੀ, 220 ਰੁਪਏ ਦੀ ਹਾਫ ਕੇ ਜੀ। ਫਿਰ ਅੰਮ੍ਰਿਤਸਰੀ ਮਸਾਲੇ ਆ ਜਾਣਗੇ ਵੀਰ ਜੀ, ਅੰਮ੍ਰਿਤਸਰੀ ਮਸਾਲੇ ਹਰ ਤਰ੍ਹਾਂ ਦਾ ਮਸਾਲਾ ਮਿਲੇਗਾ, ਚਨਾ ਮਸਾਲਾ, ਪਰੌਂਠਾ ਮਸਾਲਾ। ਅਤੇ ਇਹਨਾਂ ਦਾ ਕੀ ਪ੍ਰਾਈਸ ਹੋਏਗਾ ਬਾਈ? 70 ਰੁਪਏ ਦਾ ਆਉਂਦੇ 100 ਗ੍ਰਾਮ। 70 ਰੁਪਏ 100 ਗ੍ਰਾਮ ਚਾ ਮਸਾਲਾ ਆ ਜਾਏਗਾ ਜੀ। ਇਹ ਚਨਾ ਮਸਾਲਾ ਮਤਲਬ ਹੋ ਗਏ, ਮਸਾਲੇ ਪਾਉਣ ਦੀ ਲੋੜ ਨਹੀਂ ਪਏਗੀ, ਇਹ ਮਸਾਲਾ ਬਹੁਤ ਹੈ। ਬਿਲਕੁਲ ਜੀ ਬਿਲਕੁਲ, ਚਨਾ ਮਸਾਲਾ ਜਿਵੇਂ ਤੁਸੀਂ ਲੈਂਦੇ ਹੋ। ਹਾਂਜੀ ਹਾਂਜੀ, ਅਤੇ ਤੁਹਾਨੂੰ ਕੋਈ ਹੋਰ ਕੁਛ ਪਾਉਂਦੇ? ਚਨੇ ਨੂੰ ਬੋਇਲ ਕਰਨਾ ਤੁਸੀਂ, ਐਕਚੁਅਲ ਕੁਛ ਨਹੀਂ ਪਾਉਣਾ, ਪਿਆਜ਼ ਟਮਾਟਰ ਘਿਓ ਤੱਕ ਕੁਛ ਨਹੀਂ ਪਾਉਣਾ। ਹਾਂਜੀ, ਮਸਾਲਾ ਬਹੁਤ ਤਿਆਰ ਹੋਏਗੀ ਜੀ। ਪੈਕਟ ਨਾਲ 1 ਕਿਲੋ ਚਨੇ ਪਾ ਸਕਦੇ ਆ, ਘਰ ਤੁਸੀਂ ਪਾਓ ਬਣਾਉਂਦੇ, ਕਟੋਰੀ ਬਣਾਉਂਦੇ। ਹਾਂਜੀ ਹਾਂਜੀ, ਉਸ ਹਿਸਾਬ ਨਾਲ ਪਾਓ ਅੰਦਾਜ਼ੇ ਦੇ ਨਾਲ। ਉਹ ਬਾਈ ਫੜਾਈ ਕਰਵਾਈ ਕਿਹੜੀ ਕਿਹੜੀ ਚੀਜ਼ਾਂ ਹੈਗੀਆਂ? ਇਹ ਤੁਹਾਡੇ ਕੋਲ ਲੱਗੇ ਸਭ ਪ੍ਰਾਈਮ ਲੱਗੇ ਹੋਏ ਜੀ, ਸਾਰੇ ਅੱਛੀ ਕੁਆਲਿਟੀ ਦੇ ਹੋਣਗੇ। ਇਹਨਾਂ ਦਾ ਕੀ ਪ੍ਰਾਈਸ ਹੋਏਗਾ ਬਾਈ? 20 ਰੁਪਏ ਦਾ ਪੈਕਟ ਵੇਚ ਦੇ ਜੀ, 20 ਰੁਪਏ ਦਾ ਪੈਕਟ ਹੈ ਵੀਰ ਜੀ, ਕੋਈ ਲੈ ਲਓ। 20 ਰੁਪਏ ਦਾ ਪੈਕਟ ਹੈ ਜੀ, ਬਿਲਕੁਲ ਜੀ ਬਿਲਕੁਲ। ਮੈਂ ਤੁਹਾਨੂੰ ਡਿਜ਼ਾਇਨ ਕੱਢ ਕੇ ਦਿਖਾਉਂਦਾ ਕਰਕੇ। ਤੇਲ 'ਚ ਫਰਾਈ ਕਰਕੇ ਮਤਲਬ? ਬਿਲਕੁਲ, ਤੇਲ 'ਚ ਕਰ ਲਓ, ਰੇਤ 'ਚ ਕਰ ਲਓ। ਹਾਂਜੀ ਹਾਂਜੀ, ਦੋਨੋਂ ਪਾਸੇ ਬਣਨਗੇ ਅਤੇ ਟੇਸਟ ਹੈ ਖਾਣ ਦਾ ਵੀਰ ਜੀ। ਅਭੀ ਫਿਰ ਮਾਨ ਕੇ ਵੀਰ ਜੀ ਦਿਖਾਉਣਾ ਬਾਈ ਕਿਹੜੇ ਕਿਹੜੇ ਗਏ ਵਾਲੇ? ਬਿਲਕੁਲ ਜੀ, ਆਲੂ ਦੇ ਚਿਪਸ। ਇਹਨਾਂ ਦਾ ਕੀ ਪ੍ਰਾਈਸ ਹੋਏਗਾ ਬਾਈ? ਲਸਣ ਵਾਲੇ ਆਉਣਗੇ ਜੀ 40 ਰੁਪਏ ਲੈ ਕੇ, 50 ਰੁਪਏ ਦਾ ਪੈਕਟ ਆਉਂਦਾ ਜੀ। 40 ਲੈ ਕੇ 50 ਰੁਪਏ ਦਾ ਕਹੂਗਾ ਪੈਕਟ? ਬਿਲਕੁਲ ਜੀ ਬਿਲਕੁਲ। ਅਤੇ ਫਰੂਟ ਮਿਠਾ ਮਸਾਲਾ ਮਿਲੇਗਾ ਤੁਹਾਨੂੰ, ਆਮ ਪਾਪੜ ਮਿਲਣਗੇ, ਆਮ ਪਾਪੜ ਦੀ ਕੁਆਲਿਟੀ ਮਿਲੇਗੀ ਪਿਓਰ ਦੇ ਵਿੱਚ। ਦਿਖਾਉਣਾ ਬਾਈ ਫਰੂਟ ਮਸਾਲਾ, ਫਰੂਟ ਮਸਾਲਾ ਹੈਗਾ। ਇਹਦਾ ਕੀ ਪ੍ਰਾਈਸ ਹੋਏਗਾ ਬਾਈ? ਅਤੇ ਆਪਣਾ ਤਿਆਰ ਹੁੰਦਾ ਮਸਾਲਾ ਬਾਈ? ਪੁਰਾਣੀ ਜੇ ਹੈ ਅੰਮ੍ਰਿਤਸਰ ਦੇ ਬ੍ਰਾਂਡਿਡ ਚੀਜ਼ਾਂ ਹੋਣਗੀਆਂ, ਇਹਨਾਂ ਦਾ ਕੰਮ ਹੀ ਸਿਰਫ ਮਸਾਲਿਆਂ ਦਾ ਵੀ। ਹਾਂਜੀ ਹਾਂਜੀ, ਮਸਾਲਾ ਬਣਾਉਂਦੇ ਆ, ਨਾਮ ਨਾਲ ਵਿਕਦਾ, ਅਸੀਂ ਬ੍ਰਾਂਡਿਡ ਚੀਜ਼ਾਂ ਵੇਚਦੇ ਹਾਂ, ਅਸੀਂ ਹਲਕਾ ਮਸੀਂ ਰੱਖਦੇ ਹਾਂ। ਆਮ ਪਾਪੜ ਮਿਲੇਗਾ ਤੁਹਾਨੂੰ ਪਿਓ,
भाई आंवले के मुरब्बे मिल जाएंगे अपने को, मिल जाएगा आंवले का मुरब्बा हो गया, गाजर का, सेब का, प्योर प्योर आम पापड़ है ना, की प्राइस होगा भाई जी 60 रुपए का एक पैकेट आता है, तो ऐसे तो कह रहे हैं आम पापड़ आएगा जी मसाले वाला नमक वाला, अलग ही प्राइस होगा जी 200 ग्राम वाला 200 ग्राम 80 रुपए का, 80 रुपए स्टिक वाले आम पापड़ आए ना, इमली कैंडी आ जाती है, अनार दाने के गोले मिलेंगे सर, चना का की प्राइस होगा भाई 70 रुपए की है, प्योर अनार दाने के होंगे हिंग पेड़े गोली है, हिंग पेड़ा गोली है, नादान की गोली है, प्राइस 100 रुपये शीशी आ लीजिए, प्योर क्वालिटी की होगी, कोई तो फ्लेवर नहीं पिया होगा ना, चारा मसाला मिल जाएगा तुम प्योर चारा मसाला प्योर आएगा जी, तेरा की प्राइस है भाई डब्बी का, 50 रुपये डब्बी आ जी, 50 रुपये डब्बी खालसा देसी चाह मिलेगी, साड़ी अपनी बनी होती है बंबई दी, खालसा देसी चाह जवैन भाई तेरा की प्राइस है भाई 40 रुपए की शीशी आ गई 40 रुपए की, बिल्कुल और बहुत सारी वैरायटी आई है जी, प्राइस से पापड़ मिल जाएंगे तुम्हें, चौलों ने पापड़ बिल्कुल 50 रुपये का पैकेट आता जी, ये हल्के सेक से बन गई बिल्कुल बन गई, तभी इन्हें बड़े पीस बन जाएंगे, खाने का टेस्ट आएगा लाजवाब भाई, एक एड्रेस बोलो फोन नंबर बोलो दुकान नाम दस भाई जी, अपना एड्रेस है भाई कटरा आलू वाली है बाजार घंटा घर कटरा आलू वाली है, दुकान का नाम जी अमरजीत सिंह भाटिया के नाम से दुकान है, अपना फोन नंबर जी 8319004224 ਸਤਿ ਸ਼੍ਰੀ ਅਕਾਲ ਜੀ।